ਛੁਰੀ ਗਲ ਚ ਦੇ ਕੇ ਦਸਵੰਧ ਮੰਗ ਰਹੇ। ਉਹਨਾਂ ਸਾਰਿਆਂ ਨੇ ਇਹ ਮਤਾ ਪਾਸ ਕਰ ਲਿਆ, ਆਖੋ ਵਾਹਿਗੁਰੂ ਵੀ ਅਸੀਂ ਗੋਲਕ ਤੇ ਲਾਉਣੀ ਆ, ਮਗਰ ਗੋਲਕ ਦੇ ਉੱਤੇ ਨਾਂ ਲਿਖ ਦੇਣਾ ਹੈ ਗਰੀਬ ਦਾ ਮੂੰਹ। ਅਸੀਂ ਨਹੀਂ ਦੇਣੀ ਪੱਥਰ ਵਾਲੀ ਮਾਇਆ, ਅਸੀਂ ਨਹੀਂ ਦੇਣੀ ਸੋਨੇ ਚੜਾਉਣ ਨੂੰ ਮਾਇਆ। ਆਖੋ ਵਾਹਿਗੁਰੂ। ਸੁਣ ਰਹੇ ਹੋ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰੋ, ਸੁਣ ਰਹੇ ਹੋ? ਅਸੀਂ ਹੁਣ ਆਪਣੀ ਕਿਰਤ ਕਮਾਈ ਦਾ ਪੈਸਾ ਸੋਨਿਆਂ 'ਤੇ ਨਹੀਂ ਲਾਉਣਾ, ਅਸੀਂ ਗਰੀਬ ਦੀ ਮੱਤ 'ਤੇ ਲਾਉਣਾ ਹੈ, ਅਸੀਂ ਲੋੜਵੰਦ ਨੂੰ ਦੇਣਾ ਹੈ। ਆਖੋ ਵਾਹਿਗੁਰੂ। ਕੀ ਕਰੋਗੇ ਗੁਰਦੁਆਰੇ ਵੱਡੇ ਵੱਡੇ ਬਣਾ ਕੇ, ਜਦੋਂ ਗੁਰਦੁਆਰਿਆਂ 'ਚ ਬਹਿਣ ਵਾਲਾ ਕੋਈ ਨਾ ਰਿਹਾ? ਕਿੱਥੇ ਨੇ ਸਾਡੇ ਬੱਚੇ ਅੱਜ, ਕਿੱਥੇ ਨੇ? ਆ ਪਿੱਛੇ ਵਣਜਾਰਿਆਂ 'ਤੇ ਸ਼ਿਕਲੀ ਘਰਾਂ ਦੀ ਖਬਰ ਆਉਂਦੀ ਰਹੀ ਹੈ ਫੇਸਬੁੱਕ 'ਤੇ। ਆਖੋ ਵਾਹਿਗੁਰੂ। ਵੇਖਦੇ ਰਹੇ ਹੋ ਉਹਨਾਂ ਕਿੰਨਿਆਂ ਨੇ ਆਖਿਆ ਜੀ ਅਸੀਂ ਈਸਾਈ ਬਣ ਚੱਲੇ ਹਾਂ। ਸ਼ਰਮ ਆਈ ਸਾਨੂੰ? ਸ਼ਰਮ ਆਈ ਇਹਨਾਂ ਬਾਬਿਆਂ ਨੂੰ? ਜਿੰਨਾ ਰੁਪਈਆ ਇਹਨਾਂ ਦਾ ਚੂਹਿਆਂ ਨੇ ਟੁੱਕਿਆ ਹੈ, ਜਿੰਨਾ ਰੁਪਈਆ ਇਹਨਾਂ ਦੇ ਸਟੋਰਾਂ 'ਚ ਪਿਆ ਗਲ ਰਿਹਾ ਹੈ, ਕੀ ਉੱਥੇ ਜਾ ਕੇ ਖਰਚਿਆ ਨਹੀਂ ਸੀ ਜਾ ਸਕਦਾ? ਉਹਨਾਂ ਨੂੰ ਸਿੱਖੀ 'ਚ ਰੱਖਿਆ ਨਹੀਂ ਸੀ ਜਾ ਸਕਦਾ? ਬੋਲੋ ਨਾ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰ, ਇਹ ਤੁਹਾਡਾ ਪੈਸਾ ਦਸਵੰਧ ਦਾ ਗਰੀਬ 'ਤੇ ਲੱਗੇ, ਲੋੜਵੰਦ 'ਤੇ ਲੱਗੇ, ਤਾਂ ਤੁਹਾਡਾ ਦਸਵੰਧ ਗੁਰੂ ਨਾਨਕ ਕੋਲ ਜਾਣਾ ਹੈ। ਕਿਹਦੇ ਕੋਲ ਜੀ? ਬੋਲੋ ਨਾ। ਗਰੀਬ ਦੇ ਮੂੰਹ 'ਚ ਪਾਇਆ ਪੈਸਾ ਕਿਹਦੇ ਮੂੰਹ 'ਚ ਪਿਆ? ਗੁਰੂ ਨਾਨਕ ਸਾਹਿਬ ਦੇ ਮੂੰਹ 'ਚ ਪਿਆ। ਅਸੀਸ ਦਊਗਾ ਗਰੀਬ ਨਵਾਜ ਪਾਤਸ਼ਾਹ ਗੁਰੂ ਨਾਨਕ ਤੁਹਾਨੂੰ, ਵੀ ਅੱਜ ਮੇਰੇ ਆ ਪੁੱਤਰ ਤੇਰਾ ਪੈਸਾ ਮੇਰੀ ਜੇਬ 'ਚ ਆਇਆ ਨਹੀਂ ਤੇ ਬਾਬਿਆਂ ਦੀ ਜੇਬ 'ਚ ਜਾਂਦਾ ਸੀ। ਇੱਕ ਪਰਣ ਕਰੋ, ਕਿਸੇ ਬਾਬੇ ਨੂੰ ਨਹੀਂ ਦੇਣਾ ਦਸਵੰਧ, ਦਸਵੰਧ ਦੇਣਾ ਗਰੀਬ ਨੂੰ। ਆਖੋ ਵਾਹਿਗੁਰੂ। ਆ ਜੰਮੂ ਕਸ਼ਮੀਰ ਦੇ ਵਿੱਚ ਹੜ੍ਹ ਆਇਆ ਸੀ ਕੁਛ ਸਾਲ ਪਹਿਲਾਂ, ਪਤਾ ਜੇ? ਇਤਰਾਂ ਬੈਠੋ ਹਾਂ ਜਰਾ, ਸੋਹਣੀ ਤਰ੍ਹਾਂ ਹੜ੍ਹ ਆਇਆ ਸੀ ਤੇ ਬੱਚੇ ਭੱਜ ਕੇ ਜਾ ਕੇ ਛਾਲ ਮਾਰ ਕੇ ਕਿਸੇ ਗੁਰੂ ਕੇ ਸਿੱਖ ਨੇ ਰੁੜਦੀ ਜਾਂਦੀ ਬੱਚੀ ਨੂੰ ਇੱਕ ਨੂੰ ਕੱਢਿਆ। ਉਹ ਰੁੜ ਚੱਲੀ ਸੀ ਤੇ ਪ੍ਰੈਗਨੈਂਟ ਸੀ, ਬੱਚੀ ਪ੍ਰੈਗਨੈਂਟ ਸੀ, ਇੱਕ ਦੋ ਚਾਰ ਦਿਨ 'ਚ ਬੱਚਾ ਆਉਣ ਵਾਲਾ ਸੀ। ਰੋੜੇ ਪੈ ਗਈ, ਰੋੜੇ ਰੁੜਨਾ ਸ਼ੁਰੂ ਹੋ ਗਈ। ਕੋਈ ਸਹਾਰਾ ਨਹੀਂ, ਕਿਸੇ ਮੁਸਲਮਾਨ ਨੇ ਨਹੀਂ ਫੜਿਆ, ਕਿਸੇ ਹੋਰ ਜਾਤੀ ਨੇ ਨਹੀਂ ਫੜਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਨੇ ਚਨਿਆ ਦਰਿਆ ਦੇ ਵਿੱਚ ਚਨਾ ਦਰਿਆ ਦੇ ਵਿੱਚ ਪਿੱਛੇ ਛਾਲ ਮਾਰੀ, ਉਹਨੂੰ ਬਾਹਰ ਕੱਢ ਲਿਆਂਦਾ। ਆਖੋ ਵਾਹਿਗੁਰੂ। ਨਾਲੇ ਸਿਸਕਦੀ ਸੀ, ਨਾਲੇ ਸਿਸਕਦੀ ਸੀ, ਕਹਿੰਦੀ ਜਦੋਂ ਮੈਂ ਰੂੜੀ ਮੇਰਾ ਭਰਾ ਵੇਖ ਰਿਹਾ ਸੀ, ਜਦੋਂ ਰੂੜੀ ਮੇਰਾ ਬਾਪ ਅੱਬਾ ਜਾਨ ਵੇਖ ਰਿਹਾ ਸੀ, ਕਿਸੇ ਨੇ ਮਗਰ ਛਾਲਣੀ ਵਾਲੀ ਪਾਣੀ ਤੋਂ ਡਰਦੇ ਆ, ਤੂੰ ਕੌਣ ਏ, ਕਿੱਥੋਂ ਆਇਆ ਫਰਿਸ਼ਤਾ? ਉਹਨੇ ਕਿਹਾ ਮੈਂ ਗੁਰੂ ਕਾ ਸਿੱਖ ਹਾਂ। ਅੱਛਾ, ਜੇ ਸਿੱਖ ਇਸ ਤਰ੍ਹਾਂ ਦੇ ਹੁੰਦੇ ਆ ਨਾ, ਤੇ ਧੀ ਨੇ ਅੱਖਾਂ ਮੀਟ ਕੇ ਆਖਿਆ ਯਾ ਅੱਲਾ, ਜਿਹੜਾ ਵੀ ਬੱਚਾ ਤੂੰ ਮੈਨੂੰ ਦਿੱਤਾ, ਜੇ ਪੁੱਤ ਦਿੱਤਾ ਨਾ ਪੁੱਤ ਦਿੱਤਾ, ਤੇ ਮੈਂ ਭਾਵੇਂ ਇਸਲਾਮ ਦੀਆਂ ਬੰਦਿਸ਼ਾਂ 'ਚ ਬੱਧੀ ਹਾਂ, ਮੈਂ ਉਹਨੂੰ ਗੁਰੂ ਕਾ ਸਿੱਖ ਬਣਾਉਂਗੀ। ਗੁਰੂ ਕੇ ਸਿੱਖੋ, ਜਿੱਦਣ ਤੁਸੀਂ ਗਰੀਬਾਂ ਦੀ ਮਦਦ ਦੇ ਉੱਤਰ ਆਏ ਨਾ, ਉੱਦਣ ਤੁਹਾਨੂੰ ਕਿਸੇ ਪ੍ਰਚਾਰ ਕਰਨ ਦੀ ਜ਼ਰੂਰਤ ਨਹੀਂ। ਅੱਜ ਬ੍ਰਹਮਾ ਦੇ ਵਿੱਚ, ਮਿਆਂਮਾਰ ਦੇ ਵਿੱਚ ਵੇਖ ਰਹੇ ਹੋ ਕੀ ਲੋਕਾਂ ਦਾ ਹਾਲ ਹੋ ਰਿਹਾ, ਕਿਹੜਿਆਂ ਕਿਹੜੇ ਨੇ ਵੇਖਿਆ, ਜਿਹੜੇ ਤੁਸੀਂ ਥੋੜ੍ਹੇ ਬਹੁਤੇ ਫੇਸਬੁੱਕਾਂ 'ਤੇ ਜਾਂਦੇ ਹੋ, ਵਟਸਐਪ 'ਤੇ ਪੜ੍ਹਦੇ ਹੋ, ਨਿੱਕੇ ਨਿੱਕੇ ਬੱਚਿਆਂ ਨੂੰ ਤੰਦੂਰਾਂ 'ਚ ਭੁੰਨਿਆ ਜਾ ਰਿਹਾ, ਨਿੱਕੇ ਨਿੱਕੇ ਇਨਸਾਨ ਦੇ, ਨਿੱਕੇ ਨਿੱਕੇ ਬੱਚਿਆਂ ਦੇ ਟੋਟੇ ਟੋਟੇ ਕੀਤੇ ਜਾ ਰਹੇ। ਜ਼ੁਲਮ ਮੁਸਲਮਾਨ ਕਰੇ, ਧਿਆਨ ਦਿਓ, ਹਾਜ਼ਰ ਹੋ ਜੀ ਇੱਧਰ, ਜ਼ੁਲਮ ਅਤੇ ਜ਼ੁਲਮ ਈਸਾਈ ਕਰੇ ਅਤੇ ਜ਼ੁਲਮ ਕਰੇ ਹਿੰਦੂ, ਤੁਸੀਂ ਕਹੋਗੇ? ਆਖੋ ਵਾਹਿਗੁਰੂ। ਮੈਂ ਕੀ ਕਿਹਾ? ਤੁਸੀਂ ਮੈਨੂੰ ਪੁੱਛੋਗੇ ਸਿੱਖ ਦਾ ਨਾਂ ਨਹੀਂ ਹੋ ਲਿਆ ਅੱਜ ਤੱਕ ਦੁਨੀਆ 'ਤੇ ਕੋਈ ਬੰਦਾ ਦੱਸੇ ਅਸੀਂ ਕਿਸੇ ਦਾ ਬੱਚਾ ਇਸ ਤਰ੍ਹਾਂ ਮਾਰਿਆ ਹੋਵੇ? ਸਿੱਖ ਕਦੀ ਇਸ ਤਰ੍ਹਾਂ ਦਾ ਕੁਕਰਮ ਕਰ ਹੀ ਨਹੀਂ ਸਕਦਾ। ਇਸ ਕਰਕੇ ਸਾਰੀ ਦੁਨੀਆ ਇੱਕ ਦਿਨ ਨਸਤੋ ਨਬੂਦ ਹੋ ਜੂਗੀ, ਜ਼ੁਲਮ ਦਾ ਨਾਸ ਹੋ ਜੂਗਾ, ਸਿੱਖ ਕੌਮ ਦਾ ਨਾਸ ਨਹੀਂ ਹੋ ਸਕਦਾ। ਅੱਜ ਵੀ ਉਹਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਗਿਆ, ਮਗਰ ਤੁਹਾਡੇ ਬੱਚੇ ਚਲੇ ਗਏ ਖਾਲਸਾ ਏਡ ਵਾਲੇ, ਉੱਥੇ ਪਹੁੰਚ ਗਏ। ਜੇ ਨੇਪਾਲ ਵਿੱਚ ਲੋਕਾਂ ਦੇ ਘਰ ਡਿੱਗੇ ਤੇ ਮਕਾਨ ਬਣਾਉਣ ਲਈ ਤੁਹਾਡੀ ਫੌਜ ਚਲੇਗੀ? ਖਾਲਸਾ ਫੌਜ ਬਣਾਇਆ ਹੀ ਇਸ ਕਰਕੇ ਸੀ, ਖਾਲਸਾ ਸੋਈ ਜੋ ਨਿਰਧਨ ਕੋ ਪਾਲੇ। ਬੋਲੋ ਇੱਕ ਵਾਰ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਮੇਰਾ ਖਾਲਸਾ ਹੀ ਉਹ ਆ ਜਿਹੜਾ ਗਰੀਬ ਦੀ ਬਾਂਹ ਫੜੇ। ਉੱਥੇ ਚਲੇ ਗਏ, ਪਹੁੰਚ ਗਏ। ਕੋਈ ਇਮੋਸ਼ਨਲ ਗੱਲਾਂ ਨਹੀਂ ਮੈਂ ਕਰ ਰਿਹਾ, ਹਕੀਕਤ ਆ। ਜੇ ਜੰਮੂ ਕਸ਼ਮੀਰ 'ਚ ਹੜ੍ਹ ਆਉਣ ਤੇ ਗੁਰੂ ਕਾ ਖਾਲਸਾ, ਜੇ ਨੇਪਾਲ ਵਿੱਚ ਤਬਾਹੀ ਮੱਚੇ ਗੁਰੂ ਕਾ ਖਾਲਸਾ, ਜੇ ਉੜੀਸਾ ਵਿੱਚ ਤਬਾਹੀ ਮੱਚੇ ਗੁਰੂ ਕਾ ਖਾਲਸਾ ਜਾ ਕੇ ਲੰਗਰ ਲਾਉਂਦਾ ਹੈ,
ਕੋਈ ਗੱਲ ਨਹੀਂ, ਤੁਸੀਂ ਇਹ ਨਾ ਕਰਿਆ ਕਰੋ ਸਾਨੂੰ ਮਾਰਨਾ ਕੋਈ ਚਾਹੁੰਦਾ ਹੈ, ਚੰਗਿਆਈ ਨਹੀਂ ਜੇ ਮਰਦੀ। ਆਖੋ ਵਾਹਿਗੁਰੂ। ਪੁੰਨ ਪ੍ਰਤਾਪਨ ਬਾੜ ਜੈਤ ਧੁਨ, ਉਹ ਲੋਕੋ ਪੁੰਨ ਕਰਨ ਵਾਲਿਆਂ ਦਾ ਪ੍ਰਤਾਪ ਦੁਨੀਆਂ ਤੇ ਵੱਧਦਾ ਜਾਣਾ ਜੇ, ਜਿੰਨਾ ਮਰਜ਼ੀ ਇਹਨਾਂ ਦੇ ਪਿੱਛੇ ਪੈ ਜਿਓ, ਜਿੰਨਾ ਚਿਰ ਇਸ ਕੌਮ ਕੋਲ ਗੁਰੂ ਦਾ ਲੰਗਰ ਚੱਲਦਾ ਹੈ ਨਾ, ਇਸ ਕੌਮ ਨੂੰ ਕੋਈ ਨਹੀਂ ਮਾਰ ਸਕਦਾ। ਇਹ ਗਰੀਬਾਂ ਲਈ ਦਿੱਤਾ ਹੋਇਆ ਹੈ। ਮੇਰੇ ਸਾਹਿਬ ਕਹਿੰਦੇ ਇਹ ਦੋ ਕਰਜ਼ਾ ਰੱਖਦਾ, ਇੱਕ ਦਸਵੰਦ ਦਿੱਤਿਆ ਤੇ ਇੱਕ ਸਿਰ ਦਿੱਤਿਆ, ਇਹ ਗੁਰੂ ਦਾ ਕਰਜ਼ਾ ਲੱਥਦਾ। ਤੀਸਰਾ ਕਰਜ਼ਾ, ਆਖੋ ਵਾਹਿਗੁਰੂ, ਠੀਕ ਹੈ। ਤੀਸਰਾ ਕਰਜ਼ਾ ਜਿਹੜਾ ਉਹ ਪਰਮੇਸ਼ਰ ਦਾ ਕਰਜ਼ਾ ਹੈ। ਕਾਹਦਾ ਜੀ? ਪਰਮੇਸ਼ਰ ਦਾ ਕਰਜ਼ਾ। ਕਿਤਨਾ ਲੱਖਦਾ? ਆਪ ਜਪੋ, ਆਪ ਸਿਮਰਨ ਕਰਿਆ ਕਰੋ। ਲਾਗੇ ਕੋਈ ਪੜੋਸੀ, ਕੋਈ ਗੁਰਮੁਖ ਖਲੋਤਾ, ਮਾੜਾ ਖਲੋਤਾ, ਚੰਗਾ ਖਲੋਤਾ, ਹੱਥ ਜੋੜ ਕੇ ਕਹੋ ਵੀਰ ਜੀ ਇੱਕ ਵਾਰ ਬੋਲੋ ਵਾਹਿਗੁਰੂ। ਵਾਹ! ਜਦੋਂ ਮਨੁੱਖਤਾ ਨਾਮ ਜਪਣ ਦੇ ਉੱਤੇ ਲੱਗ ਗਈ, ਇਹਨੂੰ ਦੁਨੀਆਂ ਦੀ ਕੋਈ ਪ੍ਰੋਬਲਮ ਨਹੀਂ ਰਹਿਣੀ, ਇਹਦੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣੀਆਂ। ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ, ਤੱਤੀ ਵਾਹ ਨਹੀਂ ਇਸ ਮਨੁੱਖਤਾ ਨੂੰ ਲੱਗਣ ਦੇਣੀ। ਰੱਬ ਦੀ ਉਤਪਤੀ ਆਏ, ਸਾਰੇ ਮਾੜੇ ਚੰਗੇ ਸਭਨਾ ਕਾ ਮਾਂ ਪਿਓ ਆਪ ਹੀ ਆ ਵਾਹਿਗੁਰੂ, ਮਾੜੇ ਚੰਗੇ ਦਾ ਵੀ ਮਾਂ ਪਿਓ। ਮਗਰ ਮਾਂ ਪਿਓ ਵੀ ਤਾਂ ਹੀ ਬਚਾ ਸਕਦਾ ਜੇ ਬੱਚਾ